ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਜਿੰਦਰ ਰਾਜਾ। ਅਸੀਂ ਪਹੁੰਚੇ ਹਾਂ ਬਰਗਾੜੀ ਇਨਸਾਫ਼ ਮੋਰਚੇ ਦੇ ਵਿੱਚ, ਅਤੇ ਮੇਰੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ, ਸਾਬਕਾ ਮੈਂਬਰ ਪਾਰਲੀਮੈਂਟ ਅਤੇ ਚੋਟੀ ਦੇ ਅਕਾਲੀ ਨੇਤਾ ਸਰਦਾਰ ਸਿਮਰਨਜੀਤ ਸਿੰਘ ਮਾਨ। ਉਹਨਾਂ ਨਾਲ ਗੱਲਬਾਤ ਕਰਾਂਗੇ, ਜਾਣਾਂਗੇ ਬਰਗਾੜੀ ਇਨਸਾਫ਼ ਮੋਰਚੇ ਦੀ ਹੁਣ ਤੱਕ ਦੀ ਜਿਹੜੀ ਪ੍ਰਗਤੀ ਹੈ ਉਹਦੇ ਬਾਰੇ, ਅਤੇ ਕੀ ਮੰਗਾਂ ਨੇ, ਅਤੇ ਸਰਕਾਰ ਨਾਲ ਕੋਈ ਗੱਲ ਹੋਈ ਹੈ ਜਾਂ ਨਹੀਂ ਹੋਈ, ਜਾਂ ਇਹਦਾ ਭਵਿੱਖ ਕੀ ਹੋਏਗਾ। ਮਾਨ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜੀਆਂ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕਰਕੇ ਇਹ ਮੋਰਚਾ, ਬਰਗਾੜੀ ਇਨਸਾਫ਼ ਮੋਰਚਾ ਲਾਇਆ ਗਿਆ ਜੀ? ਮੈਂ ਦੱਸਦਾ ਜੀ ਕਿ ਇਹ ਅਮਨ ਪਸੰਦ ਮੋਰਚਾ ਪਹਿਲੀ ਵਾਰੀ ਆਇਆ ਹੈ, ਜਿੱਥੇ ਸਤਿਕਾਰਯੋਗ ਅਕਾਲ ਤਖਤ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਸੇ ਗੁਰਦੁਆਰੇ 'ਚ ਨਹੀਂ ਜਾ ਕੇ ਬੈਠੇ, ਕਿਤੇ ਕੋਈ ਸੜਕਾਂ ਨੂੰ ਨਹੀਂ ਰੋਕਿਆ, ਕੋਈ ਇਹੋ ਜਿਹੀ ਭੁੱਖ ਹੜਤਾਲ ਨਹੀਂ ਕੀਤੀ ਜਿਹੜੀ ਕਾਨੂੰਨ ਦੇ ਖਿਲਾਫ ਹੋਵੇ ਜੀ। ਅਤੇ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ, ਕਿਉਂ ਕਰਕੇ ਸਿੱਖਾਂ ਦੀਆਂ ਮੰਗਾਂ ਬਹੁਤ ਮਾਮੂਲੀ ਨੇ, ਕਿਉਂਕਿ ਇੱਕ ਤਾਂ ਮੰਗ ਹੈ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਹਦੇ ਦੋਸ਼ੀ ਗ੍ਰਿਫਤਾਰ ਹੋਣ ਅਤੇ ਕਟਹਿਰੇ 'ਚ ਖੜ੍ਹੇ ਕੀਤੇ ਜਾਣ। ਦੂਜਾ, ਜੋ ਪੁਲਿਸ ਨੇ ਸਿੱਖ ਦੋ ਇੱਥੋਂ ਦੇ ਸ਼ਹੀਦ ਕਰਤੇ ਸੀ ਉਹਨਾਂ ਦੇ ਮੁਲਜ਼ਮ ਗ੍ਰਿਫਤਾਰ ਕੀਤੇ ਜਾਣ। ਅਤੇ ਤੀਜਾ ਹੈ ਕਿ ਜਿਹੜੇ 25-25 ਸਾਲਾਂ ਦੇ ਸਾਡੇ ਸਿੱਖ ਕੈਦੀ ਬਣਾ ਕੇ ਰੱਖੇ ਹੋਏ ਹੈ, ਪੋਲੀਟੀਕਲ ਪ੍ਰਿਜ਼ਨਰਸ, ਉਹਨਾਂ ਦੀ ਰਿਹਾਈ ਹੋਵੇ। ਸੋ ਇਹ ਤਿੰਨੇ ਚੀਜ਼ਾਂ ਪੰਜਾਬ ਗਵਰਨਮੈਂਟ ਕਰ ਸਕਦੀ ਹੈ, ਪਹਿਲੀਆਂ ਦੋ। ਤੀਜੀ ਗੱਲ, ਨਰਿੰਦਰ ਮੋਦੀ ਪ੍ਰੈਜ਼ੀਡੈਂਟ ਆਪਣੇ ਨੂੰ ਲਿਖ ਕੇ ਦੇ ਸਕਦਾ ਕਿ ਇਹਨਾਂ ਦੀ ਰਿਹਾਈ ਕੀਤੀ ਜਾਵੇ। ਸੋ ਇਹ ਤਿੰਨੇ ਚੀਜ਼ਾਂ ਜਾਇਜ਼ ਹੈਗੀਆਂ, ਜਿਹੜੀ ਕਿ ਇੰਡੀਆ ਦੀ ਸਰਕਾਰ, ਪੰਜਾਬ ਦੀ ਸਰਕਾਰ ਇਹ ਸਾਰੀਆਂ ਮਨਜ਼ੂਰ ਕਰ ਸਕਦੀ ਹੈ। ਅੱਜ ਤੱਕ ਸਿੱਖਾਂ ਦੀ ਕੋਈ ਵੀ ਗੱਲ ਮਨਜ਼ੂਰ ਨਹੀਂ ਕੀਤੀ ਗਈ। ਜਿਹੜਾ ਰਾਜੀਵ ਲੌਂਗੋਵਾਲ ਅਕੋਰਡ ਸੀਗਾ ਉਹ ਵੀ ਖੂਹ ਦੇ ਵਿੱਚ ਪਾਇਆ ਹੋਇਆ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿੰਨਾ ਚਿਰ ਸਿੱਖਾਂ ਦੀਆਂ ਮੰਗਾਂ ਜਿਹੜੀਆਂ ਸਾਡੀਆਂ ਡਿਮਾਂਡਸ ਨੇ ਜਾਇਜ਼ ਨੇ, ਜਿਵੇਂ ਹਿੰਦੂ ਜੇ ਮੁਸਲਮਾਨ ਰੱਸੀ ਨਾਲ ਗਊ ਬੰਨ ਲਏ ਉਹਨੂੰ ਮਾਰ ਦਿੰਦੇ ਹੈ, ਤਾਂ ਉਹਦੇ 'ਤੇ ਮੁਕੱਦਮਾ ਹੀ ਨਹੀਂ ਉਹਨਾਂ ਦੇ ਉੱਤੇ ਹੁੰਦਾ ਜਿਹੜਾ ਇਹ ਮੁਸਲਮਾਨ ਨੂੰ ਮਾਰਦੇ ਹੈ। ਪਾਕਿਸਤਾਨ ਲਾਗੇ ਆਪਣਾ ਮੁਲਕ ਹੈ ਮੁਸਲਮਾਨਾਂ ਦਾ, ਉੱਥੇ ਜੇ ਕੁਰਾਨ ਸ਼ਰੀਫ ਦੀ ਬੇਅਦਬੀ ਕਰ ਦਿਉ ਤਾਂ ਉੱਥੇ ਫਾਂਸੀ ਦਾ ਹੁਕਮ ਹੈ। ਤੋ ਇਹ ਤਾਂ ਮਾਮੂਲੀ ਜਿਹੀਆਂ ਚੀਜ਼ਾਂ ਹੈਗੀਆਂ। ਜੇ ਹਿੰਦੂ ਨੇ ਸਿੱਖ ਕੌਮ ਦੇ ਨਾਲ ਚੰਗਾ ਵਤੀਰਾ ਕਰਨਾ, ਭਰਾਵਾਂ ਵਰਗਣ ਰਹਿਣਾ, ਅਤੇ ਮਾਮੂਲੀ ਚੀਜ਼ਾਂ ਇਹ ਸਾਡੀਆਂ ਮਨਜ਼ੂਰ ਕਰਨ। ਕਿਉਂ ਕਰਕੇ 11 ਨੂੰ ਨਰਿੰਦਰ ਮੋਦੀ ਜੀ ਸਾਡੇ ਮਲੋਟ ਆ ਰਹੇ ਹੈ, ਜਿੱਥੇ ਤੁਸੀਂ ਵੀ ਬਹੁਤ ਕੰਮ ਕੀਤਾ, ਔਰ ਅਸੀਂ ਚਾਹੁੰਦੇ ਹਾਂ ਕਿ ਸਿੱਖ ਉੱਥੇ ਵੀ ਜੇ ਮੰਗਾਂ ਮਨਜ਼ੂਰ ਨਹੀਂ ਕਰਦੇ ਸੈਂਟਰ ਦੇ, ਤਾਂ ਉਹਨਾਂ ਨੂੰ ਵੀ ਸਿੱਖ ਵਿੱਚ ਵੜ ਕੇ ਕਾਲੀਆਂ ਝੰਡੀਆਂ ਦਿਖਾਉਣ, ਜਾਂ ਕਾਲੇ ਸਾਫੇ ਬੰਨ ਲੈਣ, ਜਾਂ ਰੁਮਾਲ ਰੱਖ ਲੈਣ, ਜਾਂ ਆਪਣੇ ਗਾਤਰੇ ਤਾਂ ਸਾਰਿਆਂ ਦੇ ਕੋਲ ਕਾਲੇ ਹੈਗੇ ਆ, ਇਸ ਤਰ੍ਹਾਂ ਕਰਕੇ ਦਿਖਾ ਦੇਣ ਕਿ ਉਹਨਾਂ ਨੂੰ ਪਤਾ ਲੱਗੇ ਕਿ ਅਜੇ ਤੱਕ ਸਿੱਖਾਂ ਦੀਆਂ ਮੰਗਾਂ ਅਜੇ ਤੁਸੀਂ ਮੰਨੀਆਂ ਨਹੀਂ ਹਿੰਦ ਹਕੂਮਤ ਨੇ। ਜਦਕਿ ਸਿੱਖਾਂ ਨੇ ਸਾਰਾ ਆਪਣਾ ਧਰਮ, ਆਪਣੀ ਸਿਆਸਤ ਗਾਂਧੀ ਅਤੇ ਨਹਿਰੂ ਅਤੇ ਛੱਡਤੀ ਸੀਗੀ ਕਿ ਜੋ ਇਹ ਕੁਛ ਦਊਗਾ ਅਸੀਂ ਲਵਾਂਗੇ ਆਪਣੇ ਵੱਡੇ ਭਰਾ ਤੋਂ। ਪਰ ਬੜੀ ਅਜੀਬ ਗੱਲ ਹੈ ਕਿ ਮੇਰੇ ਬਜ਼ੁਰਗ ਸਰਦਾਰ ਜਗਵਿੰਦਰ ਸਿੰਘ ਮਾਨ ਨੇ ਜਦੋਂ ਗੱਲ ਕੀਤੀ ਮਾਸਟਰ ਤਾਰਾ ਸਿੰਘ ਨੂੰ ਕਿ ਹੁਣ ਮੌਕਾ ਅਸੀਂ ਆਪਣਾ ਦੇਸ਼ ਅਲੀਹਦਾ ਲੈ ਲਈਏ, ਤਾਂ ਮਾਸਟਰ ਜੀ ਨੇ ਜਵਾਬ ਦਿੱਤਾ ਕਿ ਜੋਗਿੰਦਰ ਸਿੰਘ ਤੈਨੂੰ ਪਤਾ ਨਹੀਂ, ਤੇਰੀ ਉਮਰ ਅਜੇ ਜ਼ਿਆਦਾ ਨਹੀਂ ਹੈ, ਅਸੀਂ ਪਹਿਲਾਂ ਅੰਗਰੇਜ਼ ਨੂੰ ਕੱਢ ਲਈਏ, ਬਾਅਦ ਦੇ ਵਿੱਚ ਵੱਡੇ ਭਰਾ ਹਿੰਦੂ ਤੋਂ ਅਸੀਂ ਸਾਰਾ ਕੁਛ ਲੈ ਲਾਂਗੇ। ਅਤੇ ਮੇਰੇ ਡੈਡੀ ਸਾਹਿਬ ਨੇ ਕਿਹਾ, ਮਾਸਟਰ ਜੀ ਤੁਹਾਡੀ ਗੱਲ ਤਾਂ ਬਹੁਤ ਠੀਕ ਹੈ, ਤੁਸੀਂ ਸਾਡੇ ਲੀਡਰ ਹੋ, ਪਰ ਇਹ ਮੈਨੂੰ ਦੱਸੋ ਕਿ ਜਦੋਂ ਬਾਪ ਮਰ ਜਾਂਦਾ ਅਤੇ ਵੱਡਾ ਭਰਾ ਸਾਰਾ ਕੁਛ ਆਪਣੇ ਛੋਟੇ ਭਰਾਵਾਂ ਨੂੰ ਜਾਇਜ਼ ਦੇ ਦਿੰਦਾ? ਫਿਰ ਮਾਸਟਰ ਜੀ ਕਹਿੰਦੇ, ਨਹੀਂ ਤੈਨੂੰ ਨਹੀਂ ਪਤਾ ਹੈਗਾ, ਅਸੀਂ ਸਾਰਾ ਕੁਛ ਲੈ ਲਾਂਗੇ। ਹੁਣ ਦੱਸੋ, ਇਹ ਛੋਟੀਆਂ ਛੋਟੀਆਂ ਗੱਲਾਂ ਜੇ ਹਿੰਦੂ ਹਕੂਮਤ ਸਾਨੂੰ ਨਹੀਂ ਦੇ ਸਕਦੀ, ਚਿੱਟੀ ਭੂਰੇ ਸਿੰਘ ਦਾ
केस हो चुके है वो गवर्नमेंट नूं पता है किहड़े किहड़े फौज के अफसर है जिन्होंने उत्थे 43 सिख 2000 दे विच शहीद किए है। हुण अफगानिस्तान दे विच अमरीका का राज है, उन्हां दी फौज है। मोदी पुछ सकदा है कि तुहाडे नाल साडी डिफेंस की संधि हुई है अमरीकनों, तो इत्थे सिख उन्हां नूं तुसीं हिफाजत क्यों नहीं कीती हैगी। सो ये सारिया चीज़ां फिर 48 राख दे विच पंजाब दे सिख ते दूसरे मारते सीगे, वह भी इस्लामिक स्टेट ने मारे है। तो जो मोदी साहब के सीधे तलकात है इजराइल ते सऊदी अरेबिया दे नाल जिन्होंने इस्लामिक स्टेट पैदा की है, तो फिर इन्हों इराक का भी पता होना चाहिए है, इतों का भी पता होना चाहिए है, ये अफगानिस्तान का। जे बिल क्लिंटन की फॉरन सैकटरी जी आई सी नाल मिसेस ऑलब्राइट, उन्हें जो खिताब लिखी है उन्होंने फॉरन मिनिस्टर ने क्लिंटन साहब ने कि ये सरकार ने कराया, सानू दिखाना चाहते थे कि मुसलमान बहुत बिगड़ गए है, एक किते हिंदुओं पंडितों नहीं छड़दे, हुण घट गिनती सिखां नू भी पै गए है। उन्हें अपनी किताब च लिखता है कि ये कतल यह करवाया है वाजपेई ते अडवाणी की सरकार ने सानू दिखाउण दे लई। हुण जो सारा सबूत हैगा अमेरिका नूं चिट्ठी सिंह पुरे दे उत्ते भी जोर पाउणा चाहिए है, ते अफगानिस्तान दे विच भी डायरैक्टली सानू दसना चाहिए कि सिखां नूं तुसीं सुरक्षा क्यों नहीं दित्ती, उत्थे क्यों मारे गए है। सो बरगाड़ी की जिहड़ी चीज़ है तुसीं मैनूं पुछिया सीगा, ये मोर्चा हुण 40 दिन हो चुके है, सिखां ने बहुत दूरों दूरों आ के इत्थे आ के संगत की है, और ये होर 2-3-4 महीने चलूगा जिन्ना चेर हुकूमत साडियां जिहड़ियां डिमांड्स ने उन पूरियां नहीं करती हैगी। हुण जिहड़ा मैनूं पता लग्या जिवें गलबात कैबिनेट वजीर बाजवा साहब की साडी कमेटी के नाल सिंह साहब भाई मन साहब के नाल होई है कि उन्हां नूं पता है कि यह तिन्ने जिहड़ियां इन्हां दियां डिमांड्स ने वह जस्ट ने, तो उन्होंने विश्वास दवाया कि ये असी कर देवांगे। पर जे सिखां नूं ते गवर्नमेंट नूं पता लग गया कि चूहे की खुड कित्थे है, हुण आपां सारे खेती करदे हां सानूं पता लगता है कि हुण जे खेत नूं पानी दे दईए तो चूहा बाहर निकले उहदा, हुण तां बस चूहे की गल है कि उन्हों कढे सरकार ते खत्म करे। अच्छा, की सरकार नाल कोई गलबात तुहाडी अपनी गलबात भी होई है जां तुसीं आश्वस्त किवें हो इन्ने ज़्यादा जी? नहीं, ये तो डिसिपलिन की गल है। सिंह साहब ने मोर्चा लाया, उन्होंने एक कमेटी बनाई है, तो वह कमेटी गल कर रही है, तो मैं असी साडी पार्टी पूर्व शुरू तो सपोर्ट कर रही है मोर्चे को, साडे भी बंदे कमेटी के विच सीगे जी। क्योंकि बहुत सारी एक मंग ऐसी हैगी जिहड़ी सिंह जिहड़े बाहर जेलों में ने उन्होंने वापस लैके आना जां उन्हां दी रिहाई का मामला, ये कोई तट फट घंटे दो घंटे वाला मसला मान साहब नहीं है, ये लंबा हो सकता है? नहीं, ये हैगा जे सेंटर की सरकार प्रेजिडेंट तो पार्डन इन्हों दवा दे तो रिहा हो सकते, होर प्रेजिडेंट नू पावर कादे लई दित्ती गई है? ये तो सुप्रीम कोर्ट ने इन्हों तनखाह लाइया कैदा कीतिया, जे प्रेजिडेंट नू सियासी पावर दित्ती है ये तदे दित्ती हुई है कॉन्स्टिट्यूशन ने कि हालात इस मुल्क दे बिगड़ ना जान जी। सो प्रेजिडेंट कर सकता है। अच्छा मान साहब, जेकर सरकार ये मंगा नहीं मनती तो 40 दिन अगे मोर्चे नू हो गए है, तो ये मोर्चा होर लंबा भी हो सकता है, जां किस तरह की अगली जिहड़ी रणनीति ते राजनीति हो सकती है? कोई सर्कलां ते कोई जिला पद्धर ते धरने देने, कोई मंत्रियां संतरियां दे घराओ करने, कोई नवी भी एक्शन प्लान फिर तुहाडी हो सकती है जेकर सरकार कोई मंग नहीं मनती? नहीं, मेरे को है नहीं, ये तो सिंह साहब भाई मान साहब तो दूजे जथेदार दस सकते हैं सानू, असी तो इन्हों की इमदाद ही आए हैं। बहुत अच्छी गल है कि तुसी इमदाद चाहे हो, पर फिर भी की एक्शन हो सकता अगला? अगला एक्शन साढ़े को बहुत निम्रता है, तो साढ़े को धीरज बहुत है, तो असी चली जावे इस तरह, पर लोगों नूं तंग करना, धरने दवाने, लाठीचार्ज करवाना उन्हां दे उत्ते जायज़ नहीं है। मैं समझदा कि यह जे इस तरह साडा ये मोर्चा चलता रहा, यह सब तो अच्छी चीज़ है कि दुनिया नूं अज पता लग रहा है कि सिखां दियां
ਛੋਟੀਆਂ ਜਿਹੀਆਂ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਨੂੰ ਸ਼ਹੀਦ ਕਰਤਾ ਹੈ, ਬੇਅਦਬੀ ਕਰਤੀ ਹੈ, ਸਿੱਖ ਮਾਰਤੇ ਹੈ, ਸਿੱਖਾਂ ਨੂੰ 25-25 ਸਾਲਾਂ ਤੋਂ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ, ਅਤੇ ਇਹ ਜ਼ਾਲਮ ਸਰਕਾਰ ਹਿੰਦੁੱਤਵ ਦੀ ਇਹ ਕੀ ਕਰ ਰਹੀ ਹੈ ਆਪਣੀ ਘੱਟ ਗਿਣਤੀ ਸਿੱਖਾਂ ਦੇ ਨਾਲ? ਅੱਛਾ, ਇੱਕ ਜਿਸ ਤੱਕ ਮੇਰੀ ਜਾਣਕਾਰੀ ਹੈ ਕਿ ਅਕਾਲੀ ਦਲ ਬਾਦਲ ਦਾ ਜਾਂ ਜਿਹੜੀ ਸਥਾਪਿਤ ਸ਼੍ਰੋਮਣੀ ਕਮੇਟੀ ਹੈਗੀ ਆ, ਉਹਦਾ ਕੋਈ ਨੁਮਾਇੰਦਾ ਹੁਣ ਤੱਕ ਮੋਰਚੇ 'ਚ ਮੈਂ ਜੁੜਾਉਣ ਵਾਸਤੇ ਨਹੀਂ ਆਇਆ। ਹੁਣ ਜਿਹੜਾ ਮੁਲਜ਼ਮ ਹੁੰਦਾ ਉਹ ਜੱਜ ਦੇ ਕੋਲ ਆਪ ਥੋੜ੍ਹੀ ਪੇਸ਼ ਹੁੰਦਾ, ਉਹ ਤਾਂ ਇਹ ਪੇਸ਼ ਕਰਨਾ ਪੈਂਦਾ। ਹੁਣ ਤਾਂ ਸਾਰਾ ਸਬੂਤ ਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਜੀ ਨੇ, ਸੁਖਬੀਰ ਸਿੰਘ ਨੇ, ਸੈਣੀ DGP ਨੇ ਇਹ ਸਾਰਾ ਕੁਛ ਕਰਾਇਆ ਹੈਗਾ। ਇੱਥੇ ਸਰਸੇ ਸਾਧ ਨੂੰ ਜਿੱਦਣ ਲਾਈਸੈਂਸ ਦਿੱਤੇ ਆ 12 ਬੋਰ ਦੇ ਰਿਵੋਲਵਰ ਦੇ, ਉਦੋਂ ਬਾਅਦ 2 ਦਿਨਾਂ ਬਾਅਦ ਉਹਨਾਂ ਨੇ ਬੇਅਦਬੀ ਮਾਰ ਸੱਚੇ ਪਾਤਸ਼ਾਹ ਦੀ ਕੀਤੀ ਹੈ। ਫਿਰ ਇਹਨਾਂ ਮੁਲਜ਼ਮਾਂ ਨੂੰ ਇਹਨਾਂ ਨੇ ਸਿਕਿਉਰਿਟੀ ਵੀ ਦਿੱਤੀ, ਇਹਨਾਂ ਨੂੰ ਜਿਪਸੀਆਂ ਵੀ ਦਿੱਤੀਆਂ। ਮੇਰਾ ਮਤਲਬ ਹੈ ਕਿ ਬਾਦਲ ਸਾਹਿਬ ਨੇ ਕਿਉਂ ਦਿੱਤੀਆਂ ਜੇ ਇਹ ਇਨਵੋਲਵਡ ਨਹੀਂ ਸੀਗੇ? ਇਹ ਤਾਂ ਪੂਰੀ ਸਾਜਿਸ਼ ਦੇ ਵਿੱਚ ਇਨਵੋਲਵਡ ਹੈਗੇ ਸਾਰੇ ਪਿਓ ਪੁੱਤ ਅਤੇ ਸਾਰੇ ਬਾਦਲ ਦਰੀਏ, ਅਤੇ ਇਹਨਾਂ ਨੇ ਸਾਰਾ ਕੁਛ ਇੱਥੇ ਮਹਾਰਾਜ ਦੇ ਖਿਲਾਫ ਇਹਨਾਂ ਨੇ ਸਾਰਾ ਕੀਤਾ ਕਿ ਸਾਨੂੰ ਸਰਸੇ ਦੀਆਂ ਵੋਟਾਂ ਪੈ ਜਾਣ। ਸਰਸੇ ਦੇ ਖਿਲਾਫ ਬਠਿੰਡੇ ਦੇ ਵਿੱਚ ਕੇਸ ਵੀ ਸੀਗਾ ਕਿ ਇਸ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਨਕਲ ਕੀਤੀ ਹੈ, ਅਤੇ ਉਹ ਵੀ ਬਾਹਰ ਨਹੀਂ ਦੇਖਿਆ, ਉਹਨੇ ਮਾਫ਼ੀ ਦੇ ਦਿੱਤੀ। ਅਤੇ ਫਿਰ ਤੁਹਾਡੀ ਜਾਣਕਾਰੀ ਦੇ ਲਈ 97 ਲੱਖ ਰੁਪਈਆ SGPC ਨੇ ਇਸ਼ਤਿਹਾਰਾਂ ਦੇ ਲਈ ਦਿੱਤਾ, ਇਸ ਨੂੰ ਜਾਇਜ਼ ਠਹਿਰਾਉਣ ਦੇ ਲਈ ਕਿ ਜਿਹੜੀ ਅਸੀਂ ਮਾਫ਼ੀ ਦਿੱਤੀ ਹੈ ਉਹ ਜਾਇਜ਼ ਹੈ। ਅਕਾਲ ਤਖ਼ਤ ਜਥੇਦਾਰ ਨੇ ਮਾਫ਼ ਕਰਤਾ, ਅਦਾਲਤ ਨੇ ਉਹਨੂੰ ਸਜ਼ਾ ਦੇ ਦਿੱਤੀ। ਫਿਰ ਮੇਰਾ ਮਤਲਬ ਆਪਾਂ ਤਾਂ ਕਹਿੰਦੇ ਹਾਂ ਅਕਾਲ ਤਖ਼ਤ ਮਹਾਨ ਹੈ, ਸਾਥੋਂ ਆਪ ਗਿਆਨੀ ਗੁਰਬਚਨ ਸਿੰਘ ਜੀ ਕਹਿੰਦੇ ਰਹੇ ਹੈ ਕਿ ਤੁਸੀਂ ਨਾਅਰੇ ਲਾਓ ਅਕਾਲ ਤਖ਼ਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ। ਤਾਂ ਮੇਰਾ ਮਤਲਬ ਹੈ ਕਿ ਜਿਹੜੇ ਨੇ ਮਾਫ਼ੀ ਦਿੱਤੀ, ਜਿਸ ਨੂੰ ਉਸ ਨੇ ਦੁਨੀਆ ਦੀ ਇੰਡੀਆ ਦੀ ਅਦਾਲਤ ਨੇ ਉਮਰ ਕੈਦ ਦੇ ਦਿੱਤੀ ਹੈ, ਇਹ ਤਾਂ ਅਕਾਲ ਤਖ਼ਤ ਸਾਹਿਬ ਦੀ ਗੁਰਬਚਨ ਸਿੰਘ ਜੀ ਦੀ ਬਹੁਤ ਬੇਅਦਬੀ ਹੈ। ਅਤੇ ਇਹਨਾਂ ਨੂੰ ਪੰਥ ਦੇ ਅੱਗੇ ਆ ਕੇ ਦੱਸਣਾ ਚਾਹੀਦਾ ਕਿ ਮੈਥੋਂ ਭੁੱਲਾਂ ਕੀ ਹੋਈਆਂ, ਅਤੇ ਬਿਹਤਰ ਹੋਊਗਾ ਕਿ ਇੱਥੇ ਸਿਰ ਦੇ ਵਿੱਚ ਪਰਨਾ ਪਾ ਕੇ ਇੱਥੇ ਆ ਕੇ ਅਤੇ ਸੰਗਤ ਤੋਂ ਮਾਫ਼ੀ ਮੰਗ ਲੈਣ। ਜਿਹੜੇ ਵੀ ਬਾਦਲ ਦਰੀਏ ਹੁਣ ਚੰਬਲੇ ਹੋਏ ਆ ਨਾ, ਜਿਹੜੇ ਇਹ ਸਰਸੇ ਦੇ ਡੇਰੇ ਦੇ ਵਿੱਚ ਜਾਂਦੇ ਰਹੇ ਆ, ਮਲੂਕਾ ਸ਼ਲੂਕਾ ਅਤੇ ਹੋਰ ਸਾਰੇ ਆਪਣੇ ਲੌਂਗੋਵਾਲ ਸਾਹਿਬ ਵੀ ਜਾਂਦੇ ਰਹੇ ਆ, ਸਾਡੇ ਪ੍ਰਧਾਨ SGPC ਦੇ, ਇਹ ਸਾਰਿਆਂ ਨੂੰ ਇੱਥੇ ਆ ਕੇ ਨੱਕ ਰਗੜ ਕੇ ਪੰਥ ਆ ਬੈਠੀ ਹੈ, ਇਹਦੇ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਤਾਂ ਇਹ ਸਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੇ ਬਰਗਾੜੀ ਇਨਸਾਫ ਮੋਰਚੇ ਦੇ ਸੰਬੰਧ 'ਚ ਅਤੇ ਸਿੱਖਾਂ ਦੀ ਕੌਮਾਂਤਰੀ ਸਥਿਤੀ ਬਾਰੇ, ਬੇਸ਼ੱਕ ਉਹ ਅਫਗਾਨਿਸਤਾਨ ਦੇ ਸਿੱਖਾਂ 'ਚ ਸਿੱਖਾਂ ਦਾ ਕਤਲੇਆਮ ਹੋਵੇ, ਵਿਸਤਾਰ 'ਚ ਸਾਡੇ ਨਾਲ ਗੱਲਾਂ ਕੀਤੀਆਂ ਨੇ। ਅਗਲੀ ਵਾਰੀ ਤੁਹਾਡੀ ਮਿਲਾਵਾਂ ਕਿਸੇ ਹੋਰ ਸ਼ਖਸੀਅਤ ਦੇ ਨਾਲ। ਹੁਣ ਮੈਨੂੰ ਜਿਹੜੀ ਰਜਿੰਦਰ ਰਾਜਾ ਨੂੰ ਦਿਓ ਇਜਾਜ਼ਤ। ਤੁਹਾਡਾ ਬਹੁਤ ਬਹੁਤ ਧੰਨਵਾਦ, ਮਾਨ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਹੈ, ਸਾਹਿਬ ਤੁਹਾਡਾ ਵੀ ਬਹੁਤ, ਤੁਹਾਡੇ ਡਾਇਰੈਕਟਰ ਸ਼ਰਮਾ ਸਾਹਿਬ ਦਾ ਵੀ ਬਹੁਤ ਹੈ ਕਿ ਤੁਸੀਂ ਇੱਥੇ ਖੇਚਲ ਕੀਤੀ ਹੈ, ਇੰਨੀ ਗਰਮੀ ਦੇ ਵਿੱਚ ਆਏ ਹੋ ਅਤੇ ਸਾਡੀ ਇੰਟਰਵਿਊ ਲਈ ਹੈ। ਅਤੇ ਇਸ ਤਰ੍ਹਾਂ ਜੇ ਇਸ ਤਰ੍ਹਾਂ ਤੁਸੀਂ ਆਪਣੀ ਜਰਨਲਿਜ਼ਮ ਕਰਦੇ ਰਹੋਗੇ ਫੇਅਰ ਐਂਡ ਫਰੀ, ਤਾਂ ਅਸੀਂ ਬੜੇ ਖੁਸ਼ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।